फ्रेंड्स सशकाल फ्रेंड्स आज दी मेरी वीडियो ਦਾ ਟਾਪਿਕ ਹੈ ਕਿ ਜੋ ਜੋ ਪਲੈਂਟਸ ਮੈਂ ਸ਼ਾਪਿੰਗ ਕਰਕੇ ਲੈ ਕੇ ਆਂਦੇ ਨੇ ਸਰਦੀਆਂ ਵਾਲੇ ਮੈਂ ਤੁਹਾਨੂੰ ਸਾਰੇ ਪਲੈਂਟਸ ਦਿਖਾਉਣ ਵਾਲੀ ਆ ਕਿਉਂਕਿ ਮੈਂ ਸੀਡਲਿੰਗ ਵੀ ਕੀਤੀ ਹੋਈ ਆ ਬਟ ਉਹ ਸੀਡਲਿੰਗ ਹਜੇ ਗ੍ਰੋਥ ਨਹੀਂ ਹੋਈ ਉਹਨਾਂ ਦੀ ਤੇ ਉਹਨਾਂ ਤੇ ਫਲਾਰਿੰਗ ਹਜੇ ਆਉਣ ਦੇ ਕੋਈ ਚਾਂਸਸ ਨਹੀਂ ਹੈਗੇ ਤੇ ਹੁਣ ਸਰਦੀਆਂ ਆ ਗਈਆਂ ਤੇ ਫਲਾਰਸ ਮੈਨੂੰ ਬਹੁਤ ਪਸੰਦ ਆ ਤੇ ਮਰਸਰੀ ਦੇ ਵਿੱਚ ਸਾਰੇ ਨਿਊ ਪਲੈਂਟਸ ਆਏ ਸੀਗੇ ਫਲਾਰਸ ਦੇ ਤਾਂ ਮੈਂ ਉਹ ਜਿਹੜੇ ਪਲਾਂਟਸ ਮੈਂ ਖਰੀਦ ਕੇ ਲੈ ਕੇ ਆਂਦੇ ਨੇ ਉਹਨਾਂ ਦੀ ਸ਼ਾਪਿੰਗ ਜੋ ਕਰਕੇ ਆਂਦੀ ਮੈਂ ਤੁਹਾਨੂੰ ਸਾਰੇ ਪਲਾਂਟਸ ਦਿਖਾਨੀ ਆ ਤੇ ਉਹਨਾਂ ਦੇ ਰੇਟਸ ਵੀ ਦੱਸਦੀ ਆ ਵੀ ਕੀ ਕੀ ਰੇਟਸ ਨੇ ਉਹਨਾਂ ਦੇ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਲੈ ਕੇ ਆਂਦਾ ਇੱਕ ਪlant ਕੇਲ ਦਾ ਠੀਕ ਹੈ ਦੇਖੋ ਇਹ ਹੈ ਕੇਲ ਦਾ ਪlant ਤੇ ਇਹ ਪlant ਮੈਨੂੰ ਨੇ 30 ਰੁਪੀ ਦੇ ਵਿੱਚ ਦਿੱਤਾ ਠੀਕ ਹੈ ਇਹ ਮੇਰੇ ਕੋਲ ਲਾਸਟ ਇਅਰ ਸੀਗਾ ਗ੍ਰੀਨ ਕਲਰ ਦੇ ਵਿੱਚ ਮਤਲਬ ਉਹਦਾ ਕਲਰ ਵੀ ਬਹੁਤ ਪਿਆਰਾ ਸੀ ਉਹ ਕਲਰ ਵੀ ਹੈਗਾ ਸੀਗਾ ਬਟ ਮੈਂ ਇਸ ਲੈ ਕੇ ਨਹੀਂ ਆਂਦਾ ਮੈਂ ਕੁਝ ਦਿਨ ਬਾਅਦ ਫੇਰ ਲੈ ਆਉਂਗੀ ਪਲਾਂਟਸ ਤਾਂ ਮੈਂ ਉਹਲਾ ਵੀ ਲੈ ਕੇ ਆਉਂਗੀ ਠੀਕ ਹੈ ਇਹ ਕੇਲ ਹੈ ਤੇ ਇਹ ਪਰਪਲ ਸੌਰੀ ਪਿੰਕ اور 그린 ਕਲਰ ਦੀ ਕੇਲ ਹੈ ਠੀਕ ਹੈ ਉਸ ਤੋਂ ਬਾਅਦ ਮੈਂ ਚਾਰ ਪਲਾਂਟਸ ਤਿੰਨ ਪਲਾਂਟਸ ਲੈ ਕੇ ਆਂਦੇ ਨੇ ਸਾਲਵਿਆ ਦੇ ਇਹ ਦੇਖੋ ਤਿੰਨ ਪਲਾਂਟਸ ਮੈਂ ਸਾਲਵਿਆ ਦੇ ਲੈ ਕੇ ਆਂਦੇ ਆ ਤੇ ਸਾਲਵਿਆ ਦੇ ਵਿੱਚ ਇੱਕ ਹੈਗਾ ਰੈੱਡ ਕਲਰ ਇੱਕ ਹੈਗਾ ਤਿੰਨ ਕਲਰ ਸੀਗੇ ਉਹਦੇ ਕੋਲ ਮਤਲਬ ਖिले ਹੋਏ ਤਿੰਨ ਕਲਰ ਸੀ ਬਾਕੀ ਕਲਰਸ ਹੋਰ ਵੀ ਹੈ ਬਟੋ ਕਹਿੰਦਾ ਹਜੇ ਖਿਲੇ ਨਹੀਂ ਹੈਗੇ ਤੇ ਜਦ ਖਿਲਣਗੇ 10 ਦਿਨ ਲੱਗਣਗੇ ਫਿਰ ਉਸ ਤੋਂ ਬਾਅਦ ਮੈਂ ਫੇਰ ਚੂਜ਼ ਕਰਕੇ ਲੈ ਕੇ ਆਉਂਗੀ ਇੱਕ ਰੈੱਡ ਕਲਰ ਲੈ ਕੇ ਆਂਦਾ ਮੈਂ ਇੱਕ ਮੈਂ ਲਾਈਟ ਪਰਪਲ ਲੈ ਕੇ ਆਂਦਾ ਇੱਕ ਮੈਂ ਡਾਰਕ ਪਰਪਲ ਕਲਰ ਲੈ ਕੇ ਆਂਦਾ ਠੀਕ ਹੈ ਤਿੰਨ ਪਲਾਂਟਸ ਮੈਂ ਲੈ ਕੇ ਆਂਦੇ ਨੇ ਸਾਲਵਿਆ ਦੇ ਇਹ ਵੀ ਮੈਨੂੰ ਤਿੰਨੋ 20 20 ਰੁਪੀਸ ਦੇ ਪਏ ਹੈ ਠੀਕ ਹੈ ਉਸ ਤੋਂ ਬਾਅਦ ਮੈਂ ਲੈ ਕੇ ਆਂਦੇ ਨੇ 5 ਪਲਾਂਟਸ ਲੈ ਕੇ ਆਂਦੇ ਮੈਂ ਕ੍ਰਾਈਸੈਂਥਮਨ ਦੇ ਠੀਕ ਹੈ ਉਹ ਹੈਗੇ ਇਹ ਵਾਲੇ ਕ੍ਰਾਈਸੈਂਥਮ ਦੇ ਪਲਾਂਟ ਕਿਉਂਕਿ ਕ੍ਰਾਈਸੈਂਥਮ ਉਹ ਮਹੇਜਾ ਪਲਾਂਟ ਹੈ ਇਹ ਹਰ ਸੀਜ਼ਨ ਦੇ ਵਿੱਚ ਮਤਲਬ ਤੁਹਾਡੇ ਕੋਲ ਅਵੇਲੇਬਲ ਰਹਿੰਦਾ ਹੈ ਅਗਰ ਤੁਸੀਂ ਇੱਕ ਵਾਰ ਲਿਆਵੋਗੇ ਨਾ ਤੇ ਜੇ ਪ੍ਰੋਪਰ ਕੇਅਰ ਕਰੋਗੇ ਤਾਂ ਇਹ ਤੁਹਾਡੇ ਕੋਲ ਪੂਰਾ ਸਾਲ ਰਹੇਗਾ ਮੇਰੇ ਕੋਲ ਦੋ ਪਲਾਂਟਸ ਹੈਗੇ ਲਾਸਟ ইয়ার ਦੇ ਜੋ ਮੈਂ ਖਰੀਦ ਕੇ ਲੈ ਕੇ ਆਂਦੇ ਸੀਗੇ ਤੇ ਉਹ ਬਹੁਤ ਅੱਛੇ ਹੈਗੇ ਇੱਕ ਪਰਪਲ ਕਲਰ ਦਾ ਤੇ ਇੱਕ ਹੈਗਾ orange ਕਲਰ ਦਾ ਇਸ ਲਈ ਕ੍ਰਾਈਸੈਂਥਮ ਮੈਂ ਇਸ ਲਈ 5 ਪਲਾਂਟਸ ਲੈ ਕੇ ਆਂਦੇ ਨੇ ਜਿਹੜੇ ਜਿਹੜੇ ਕਲਰ ਮੈਨੂੰ ਉੱਥੇ ਦਿਖੇ ਮੈਂ ਸਾਰੇ ਲੈ ਆਂਦੇ ਤੇ ਹੁਣ ਇੱਕ ਦੋ ਪਲਾਂਟ ਤਾਂ ਉਹਨਾਂ ਨੇ ਜਿਹੜੇ ਮਤਲਬ ਹੈਗੇ ਵਿੱਚ ਮੇਰੇ ਦੇਖੋ ਜਿਵੇਂ ਹੁਣ ਆ ਦੋ ਪਲਾਂਟਸ ਇਸ ਦੇ ਵਿੱਚ ਮੈਂ ਇੱਕ ਆ ਕਲਰ ਲੈ ਕੇ ਆਂਦਾ ਇਹ ਹੈਗਾ ਪਿੰਕ ਔਰ ਵਾਈਟ ਸ਼ੈਡੇਡ ਹੈ ਇਹ ਠੀਕ ਹੈ ਪਿੰਕ ਔਰ ਵਾਈਟ ਕਲਰ ਹੈ ਤੇ ਇੱਕ ਹੈਗਾ ਇਹ ਵਾਲਾ ਵਾਈਟ ਕਲਰ ਇਹ ਦੇਖੋ ਇਹ ਪਲੇਨ ਵਾਈਟ ਹੈ ਤੇ ਇਹ ਵੀ ਉੱਥੇ ਖਿਲੇ ਹੋਏ ਸੀਗੇ ਤੇ ਮੈਨੂੰ ਪਿਆਰਾ ਲੱਗਿਆ ਕਲਰ ਤਾਂ ਮੈਂ ਇਹ ਵੀ ਲੈ ਲਿਆ ਤੇ ਉਸ ਤੋਂ ਬਾਅਦ ਇੱਕ ਕਲਰ ਹੈਗਾ ਆਹ ਵਾਲਾ ਇਹ ਵਾਲਾ 컬러 ਇਹ ਦੇਖੋ ਇਹ ਰੈੱਡ ਜਿਹਾ 컬러 ਹੈ ਤੇ ਇਸ ਦੇ ਟਿਪਸ ਯੈਲੋ 컬러 ਦੇ ਨੇ ਰੈੱਡ ਯੈਲੋ ਜੇ 컬러 ਦਾ ਫਲਾਵਰ ਹੈ ਇਹ ਇਹ ਵਾਲਾ ਤੇ ਇਹ ਕੇਵਲਾ ਪਲਾਂਟ ਹੈ ਉਸ ਤੋਂ ਬਾਅਦ ਇਹ ਕੇਵਲਾ ਯੈਲੋ 컬러 ਹੈ ਇਹ ਦੇਖੋ ਇਹ ਵਾਲੀ ਕ੍ਰਾਈਸਨਥਮ ਹੈ ਤੇ ਇੱਕ ਪਲਾਂਟ ਹੈਗਾ ਉਸਦੇ ਤੇ ਜ ਕੋਈ ਫਲੋਰਿੰਗ ਨਹੀਂ ਹੈਗੀ दिखाने में दोनों भी आ देखो ये वाला प्लांट है इनर दते फ्लारिंग हुई है ते ये देखो ये वाला प्लांट है ते इस दे ऊपर जे कोई फ्लारिंग नहीं हैगी इस करके मैंने मने इस दा पता नहीं वे केड़ा वाल, आ, मतलब ये इस दा कलर केड़ा है ठीक है ते फाइव प्लांट्स मैं लेके आंदे ने क्राइसेंथमम दे ते उस तो बाद मैं लेके आंदे ने ये देखो <laughs> ਤੇ ਦੋ ਮੈ ਲੈ ਕੇ ਆਂਦੇ ਨੇ ਪੈਂਜੀ ਦੇ ਪਲਾਂਟ ਪੈਂਜੀ ਦੇ ਉੱਤੇ ਹਜੇ ਕਲਰ ਪਤਾ ਨਹੀਂ ਮੈਨੂੰ ਕਿਹੜੇ ਕਲਰ ਦੇ ਹੈਗੇ ਇਹ ਦੋਨੋਂ ਕਲਰ ਦੋਨੋਂ ਪਲਾਂਟ ਠੀਕ ਹੈ ਤੇ ਇਸ ਕਰਕੇ ਮੈਂ ਜ਼ਿਆਦਾ ਨਹੀਂ ਲੈ ਹੈਗੇ ਕਿਉਂਕਿ ਸਾਰੇ ਸੇਮ ਹੋ ਜਾਂਦੇ ਫਿਰ ਕੋਈ ਫਾਇਦਾ ਨਹੀਂ ਸੇਮ ਲੈਣ ਦਾ ਤੇ ਮੈਂ ਅਲੱਗ-ਅਲੱਗ ਲੈ ਨਹੀਂ ਹਣੀ ਸਾਰੇ ਕਲਰਸ ਮੈਨੂੰ ਠੀਕ ਕਰਨੇ ਅੱਛੇ ਲੱਗ ਰਹੇ ਇਸ ਲਈ ਜਦ ਉੱਥੇ ਮਤਲਬ ਨਰਸਰੀ ਵਾਲੇ ਕਹਿੰਦੇ ਥੋੜੇ ਦਿਨ ਤਾਂ ਖੇਡ ਜਾਣਗੇ ਫਿਰ ਦੁਬਾਰਾ ਲੈ ਜਾਣਾ ਫਿਰ ਮੈਂ ਦੁਬਾਰਾ ਫੇਰ ਲੈ ਕੇ ਆਉਂਗੀ ਜਦ ਮੈਨੂੰ ਕਲਰਸ ਪਤਾ ਚੱਲ ਜਾਏ ਜਾਣਗੇ ਨਾ ਠੀਕ ਹੈ ਇਹ ਜਿਹੜੇ ਪੈਂਜੀ ਦੇ ਪਲਾਂਟਸ ਆ ਇਹ ਵੀ ਈਚ 20 20 ਰੁਪੀਜ਼ ਦਾ ਠੀਕ ਹੈ ਉਸ ਤੋਂ ਬਾਅਦ ਹੈਗੇ ਨੇ ਮੇਰੇ ਮੈਰੀਗੋਲਡ ਦੇ ਪਲਾਂਟ 4 ਪਲਾਂਟਸ ਮੈਂ ਮੈਰੀਗੋਲਡ ਦੇ ਲੈ ਕੇ ਆਂਦੇ ਨੇ ਇੱਕ ਹੈਗਾ ਇਹ ਵੈਰੀਗੇਟਿਡ ਹੈ ਠੀਕ ਹੈ ਦੂਸਰਾ ਹੈਗਾ ਇਹ ਵਾਲਾ ਦੂਸਰਾ ਇਹ ਵਾਲਾ ਕਲਰ ਹੈ ਮਤਲਬ ਇਹ ਮੈਰੂਨ ਕਲਰ ਹੈ ਤੇ ਉਸ ਤੋਂ ਬਾਅਦ ਇੱਕ ਕਲਰ ਹੈਗਾ ਇਹ ਵਾਲਾ ਡਾਰਕ yellow ਕਲਰ ਦਾ ਇਹ ਕਿ ਲਾਈਟ yellow ਕਲਰ ਦਾ ਦੋਨਾਂ ਦੇ ਕਲਰ ਥੋੜਾ ਜਿਹਾ ਡਿਫਰੈਂਸ ਹੈ ਪਤਾ ਨਹੀਂ ਇਹ ਤੇ ਤੁਹਾਨੂੰ ਦਿਖੇਗਾ ਕਿ ਨਹੀਂ ਇਸ ਦੇ ਵਿੱਚ ਬਟ ਦੇਖੋ ਥੋੜਾ ਜਿਹਾ ਫਰਕ ਹੈਗਾ ਇਹ ਡਾਰਕ ਹੈ ਔਰ ਇਹ ਲਾਈਟ ਕਲਰ ਦਾ ਹੈ ਤੇ ਇਹ ਮੈਂ 4 ਪਲਾਂਟਸ ਲੈ ਕੇ ਆਂਦੇ ਨੇ ਮੈਰੀਗੋਲਡ ਦੇ ਠੀਕ ਹੈ ਤੇ ਇਹ ਵੀ ਮੈਨੂੰ ਈਚ ਪਲਾਂਟ 20 ਰੁਪੀਆ ਦਾ ਪਿਆ ਤੇ ਉਸ ਤੋਂ ਬਾਅਦ ਹੈਗੀ ਆ 4 ਡਾਇਐਂਥਸ ਦੇ ਪਲਾਂਟਸ ਇਹ ਦੇਖੋ ਇਹ ਹੈਗੇ ਨੇ ਡਾਇਐਂਥਸ ਦੇ ਪਲਾਂਟਸ ਇੱਕ ਹੈਗਾ ਡਾਰਕ ਪਿੰਕ ਕਲਰ ਕਿਉਂਕਿ ਦੋ ਪਲਾਂਟਸ ਦੇ ਉੱਤੇ ਕਲਰ ਮਤਲਬ ਫਲੋਰਿੰਗ ਹੋਈ ਹੋਈ ਸੀਗੀ ਤੇ ਉਹ ਦੋਨੋਂ ਮੈਂ ਲੈ ਲਏ ਨੇ ਇੱਕ ਹੈਗਾ ਡਾਰਕ ਪਿੰਕ ਇੱਕ ਹੈਗਾ ਇਹ ਲਾਈਟ ਪਿੰਕ ਇਹ ਥੋੜਾ ਡਲ ਹੋ ਗਿਆ ਹੁਣ ਤੇ ਆ ਦੇਖੋ ਇਹ ਲਾਈਟ ਪਿੰਕ ਕਲਰ ਹੈ ਤੇ ਇਹ ਦੋ ਪਲਾਂਟ ਆ ਨੇ ਤੇ ਇਹਨਾਂ ਦੇ ਤੇ ਬਰਡਸ ਨਿਕਲੇ ਹੋਈਆਂ ਨੇ ਬਟ ਹਜੇ ਫਲੋਰਿੰਗ ਨਹੀਂ ਸਟਾਰਟ ਹੋਈ ਇਸ ਲਈ ਮੈਨੂੰ ਪਤਾ ਨਹੀਂ ਹੈ ਕਿਹੜੇ ਕਲਰਸ ਨੇ ਠੀਕ ਹੈ ਤੇ ਉਸ ਤੋਂ ਬਾਅਦ ਡਾਇਐਂਥਸ ਤੋਂ ਬਾਅਦ ਦੋ ਪਲਾਂਟਸ ਮੈਂ ਇਹ ਵਾਲੇ ਲੈਂਦੇ ਆ ਇਹ ਵਾਲੇ ਮੈਨੂੰ ਇਹਨਾਂ ਦਾ ਨਾਮ ਨਹੀਂ ਪਤਾ ਕਿ ਕਿਹੜੇ ਵਾਲੇ ਪਲਾਂਟਸ ਨੇ ਬਟ ਇਸਦੇ ਮੈਨੂੰ ਫਲਾਰਸ ਪਤਾ ਵੀ ਇਹ ਫਲਾਰਸ ਬੜੇ ਪਿਆਰੇ ਲੱਗਦੇ ਇਹਨਾਂ ਦੇ ਬਟ ਮੈਨੂੰ ਇਹ ਪlant ਨਹੀਂ ਪਤਾ ਵੀ ਇਹ ਕਿਹੜਾ ਪlant ਹੈ ਠੀਕ ਹੈ ਮਤਲਬ ਮੈਂ ਫਸਟ ਟਾਈਮ ਲੈ ਕੇ ਆਈਆਂ ਹਰੇ ਤੇ ਦੋ ਮੈਂ ਲੈ ਕੇ ਆਂਦੇ ਨੇ ਵਰਬੀਨਾ ਦੇ ਪਲਾਂਟਸ ਇਹ ਦੇਖੋ ਈਕੇ ਪਿੰਕ ਵਰਬੀਨਾ ਈ ਕੇਵਲੀ ਵਰਬੀਨਾ ਤੇ ਵਰਬੀਨਾ ਇੱਕ ਦਾ ਕਲਰ ਖਿਲੇ ਖਿលਿਆ ਹੋਇਆ ਮਤਲਬ ਇੱਕ ਦਾ ਮੈਨੂੰ ਕਲਰ ਪਤਾ ਚੱਲ ਗਿਆ ਸੀ ਉਹ ਵਾਲਾ ਮੈਂ ਲੈ ਲਿਆ ਤੇ ਦੂਸਰੇ ਦਾ ਮੈਨੂੰ ਪਤਾ ਨਹੀਂ ਕਿਹੜਾ ਕਲਰ ਹੈ ਇਸ ਦਾ ਠੀਕ ਹੈ ਇਸ ਕਰਕੇ ਇਹ ਵੀ ਜਦ ਖਿਲੇਗਾ ਫਿਰ ਪਤਾ ਚੱਲੇਗਾ ਕਿਹੜਾ ਕਲਰ ਹੈ ਦੋ ਪਲਾਂਟਸ ਮੈਂ ਵਰਬੀਨਾ ਦੇ ਲਏ ਨੇ ਤੇ ਦੋ ਮੈਂ ਲੈ ਕੇ ਆਂਦੇ ਨੇ ਕੈਲੈਂਡੂਲਾ ਦੇ ਇਹ ਦੇਖੋ ਇਹ ਦੋ ਲੈ ਕੇ ਆਂਦੇ ਨੇ ਮੈਂ ਕੈਲੰਡੂਲਾ ਦੇ ਇੱਕ ਤਾਂ ਹੈਗਾ ਯੈਲੋ ਕਲਰ ਆ ਵਾਲਾ ਤੇ ਇੱਕ ਹੈਗਾ orange ਕਲਰ ਤੇ ਇਹ ਵਾਲੇ ਖਿਲ ਚੁੱਕੇ ਸੀਗੇ ਨਰਸੀ ਵਾਲੇ ਨੇ ਆਪਣੇ ਆਪ ਹੀ ਪਾ ਦਿੱਤਾ ਮੈਨੂੰ ਕਿਹਾ ਸੀ ਵੀ ਦੋ ਕਲਰ ਦੇ ਦਿਓ ਮੈਨੂੰ ਦੋਨੋਂ ਕਲਰ ਜਿਹੜੇ ਹੈਗੇ ਦੋਨੋਂ ਦੇ ਦਿਓ ਤੇ ਉਸਨੇ ਮੈਨੂੰ ਇਹ ਦਿੱਤਾ ਇਹ ਪlant ਮਤਲਬ ਇਸ ਦੇ ਸੀਡ ਵਗੈਰਾ ਬਣੇ ਹੋਏ ਨੇ ਸੀਡ ਪੌਟ ਬਣੇ ਹੋਏ ਆ ਤੇ ਇਹਨਾਂ ਦੀ ਕਟਿੰਗ ਕਰ ਦੂੰਗੀ ਤੇ ਫਿਰ ਤੇ ਹੋ ਜਾ ਫਿਰ ਤੋਂ ਹੋ ਜਾਣਗੇ ਠੀਕ ਹੈ ਫੋਰ ਪਲੈਂਟਸ ਲੈ ਕੇ ਆਂਦੇ ਨੇ ਮੈਂ ਪਿਟੂਨੀਆ ਦੇ ਇਹ ਦੇਖੋ ਇਹ ਹੈਗੇ ਨੇ ਪਿਟੂਨੀਆ ਦੇ ਪਲਾਂਟਸ ਤੇ ਇਸ ਦੇ ਵਿੱਚ ਦੋ ਫਲਾਰਸ ਖਿਲੇ ਹੋਏ ਸੀਗੇ ਇੱਕ ਤਾਂ ਇਹ ਵਾਲਾ ਪਿੰਕ ਕਲਰ ਹੈ ਇਹ ਵਾਲਾ ਪਿੰਕ ਕਲਰ ਤੇ ਇੱਕ ਹੈਗਾ ਇਹ ਵਾਲਾ ਪਰਪਲ ਕਲਰ ਹੈ ਇਹ ਇਹ ਦੇਖੋ ਇਹ ਪਰਪਲ ਵਾਈਟ ਕਲਰ ਹੈ ਤੇ ਦੋ ਪਲਾਂਟਸ ਇਹ ਵਾਲੇ ਨੇ ਇੱਕ ਇਹ ਹੈ ਤੇ ਇੱਕ ਇਹ ਹੈ ਤੇ ਇਹਨਾਂ ਦੇ ਉੱਤੇ ਹਜੇ ਕੋਈ ਫਲਾਰਿੰਗ ਨਹੀਂ ਹੈਗੀ इस करके मैं नहीं पता भी ये कि कलर के फ्लार्स खिलन तो भी मैं फोर प्लांट्स लैके आते हैं बट जदों खि आई थिंक ये भी पर्पल कलर है क्योंकि इस देते भी छोटी जी बर्ड्स निक बर्ड निकलनी स्टार्ट हो रही है तो वह भी पर्पल कलर दी है। इसलिए मैं त नहीं ज़्यादा लेके आते क्योंकि फिर सारे सेम सेम हो जाते हैं ठीक है मैं दोबारा जाऊँगी फिर जो उत्तर फ्लार खिल जाएंगे फिर मैं होर लेके आऊँगी ठीक है उस तो बाद आ गए गजानिया ये देखो 4 प्लांट्स ਮੈਂ सॉरी 3 प्लांट ਲੈ ਕੇ ਆਦਦੇ ਨੇ ਮੈਂ ਗਜ਼ਾਰੀਆਂ ਦੇ ਤੇ ਇੱਕ ਦੇ ਉੱਤੇ ਤਾਂ ਬਰਡ ਨਿਕਲੀ ਹੋਈ ਸੀਗੀ ਇਹ ਵਾਈਟ ਕਲਰ ਦਾ ਫਲਾਰ ਹੈ ਇਹ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਉਹ ਵਾਲਾ ਪlant ਇਹਨਾਂ ਅੱਛੇ ਗਰੋਥ ਨਹੀਂ ਹੈ ਉਸਦੀ ਬਟ ਮੈਨੂੰ ਇਹ ਕਲਰ ਬਹੁਤ ਪਸੰਦ ਹੈ ਇਸ ਲਈ ਮੈਂ ਲੈ ਆਂਦਾ ਠੀਕ ਹੈ ਇਹ 3 प्लांट्स ਨੇ ਤੇ ਇੱਕ ਆ ਦੇਖੋ ਇਸ ਦੇ ਉੱਤੇ ਬਰਡਸ ਨਿਕਲੀਆਂ ਹੋਈਆਂ ਨੇ ਇਹ ਦੇਖੋ ਇਸ ਦੇ ਉੱਤੇ ਬਰਡਸ ਆਈਆਂ ਹੋਈਆਂ ਨੇ ਕਾਫੀ ਸਾਰੀ ਮਤਲਬ 2 2 3 3 ਬਰਡਸ ਨਿਕਲੀਆਂ ਹੋਈਆਂ ਨੇ ਇਸ ਦੇ ਉੱਤੇ ਤੇ ਜਿਹੜਾ ਇਹ ਦੂਸਰਾ ਇਸ ਦੇ ਉੱਤੇ ਵੀ ਬਰਡਸ ਨਿਕਲੀਆਂ ਹੋਈਆਂ ਨੇ ਤੇ ਇੱਕ ਇਹ ਵਾਈਟ ਵਾਲਾ ਠੀਕ ਹੈ ਇਸ ਦੇ ਵਿੱਚ 3 ਕਲਰਸ ਬਾਕੀ ਕਲਰਸ ਦਾ ਜੇ ਮੈਨੂੰ ਪਤਾ ਨਹੀਂ ਹੈ ਕਿਉਂਕਿ ਹਜੇ ਫਲਾਰ ਖਿਲੇ ਨਹੀਂ ਹੈਗੇ ਇਹਨਾਂ ਦੇ ਵੀ ਜਦੋਂ ਖਿਲਣਗੇ ਉਦੋਂ ਪਤਾ ਚੱਲੇਗਾ ਵੀ ਕਿਹੜੇ ਕਲਰ ਦੇ ਫਲਾਰਸ ਨੇ ਉਹ ਠੀਕ ਹੈ ਇੱਕ ਦਾ ਤਾਂ ਮੈਨੂੰ ਪਤਾ ਵੀ ਵਾਈਟ ਕਲਰ ਹੈ ਓਕੇ ਤੇ ਤਿੰਨ ਪਲਾਂਟ ਹੋ ਗਏ ਗਜ਼ਾਨੀਆਂ ਤੇ ਗਜ਼ਾਨੀਆਂ ਵੀ 20 ਰੁਪੀਸ ਦਾ ਹੈ एक प्लांट ट्वेंटी रुपीज़ का गजानिया भी मतलब सारे फ्लावर्स है ट्वेंटी ट्वेंटी रुपीज़ के दो प्लांट होर है तो देखो दो मैं लेके ने बोगन बोगनविलिया मैनु बोगन विलिया भी बहुत पसंद है तो बोगन विलिया ने मैं दो कलर्स लेके आते ने एक डार्क थे। है डार्क रेड कलर का ठीक है एक हैगा ओरेंज कलर ए वाला ਇਹ ਕਲਰ ਇਹ ਮੈਨੂੰ ਬਹੁਤ ਪਸੰਦ ਆ ਇਹ ਵਾਲਾ ਕਲਰ ਤੇ ਕੇ ਵਾਲਾ ਕਲਰ ਮੈਨੂੰ ਬਹੁਤ ਪਸੰਦ ਆ ਤੇ ਮੈਂ ਦੋ ਕਲਰ ਬੋਗਨਵਿਲੀਆ ਲੈ ਕੇ ਆਂਦੇ ਨੇ ਤੇ ਇਹ ਬੋਗਨਵਿਲੀਆ ਪੌਟ ਦੇ ਵਿੱਚ ਲੱਗੇ ਹੋਏ ਨੇ ਤੇ ਇਸ ਕਰਕੇ ਇਹਨਾਂ ਦਾ ਰੇਟ ਥੋੜਾ ਜ਼ਿਆਦਾ ਹੈ ਤੇ ਆਈ ਥਿੰਕ ਇਹ 75 80 ਦੇ ਵਿੱਚ ਕੁਝ ਦੇ ਵਿੱਚ ਹੈਗੇ ਨੇ ਇਹ ਦੋਨੋਂ ਪlant ਠੀਕ ਹੈ ਤੇ ਦੋ ਪlant ਮੈਂ ਹੋਰ ਲੈ ਕੇ ਆਂਦੇ ਆ ਉਹ ਵੀ ਮੈਂ ਤੁਹਾਨੂੰ ਦਿਖਾਨੀ ਐ 1 ਮਿੰਟ ਤੇ ਗਾਇਸ ਦੋ ਪlant ਹੈਗੇ ਨੇ ਇਹ ਵਾਲੇ ਆਈਸ ਪlant ਠੀਕ ਹੈ ਇਸ ਦੇ ਉੱਤੇ ਫਲਾਰ ਨਿਕਲਦੇ ਆ ਬਹੁਤ ਪਿਆਰੇ ਲੱਗਦੇ ਇਸ ਦੇ ਉੱਤੇ ਨਿਕਲੇ ਹੋਏ ਫਲਾਰ ਜਿਹੜੇ ਆਂਦੇ ਆ ਤੇ ਮੈਨੂੰ ਬਹੁਤ ਪਸੰਦ ਨੇ ਬਟ ਇਹ ਮੈਂ ਫਸਟ ਟਾਈਮ ਲੈ ਕੇ ਆਂਦੇ ਨੇ ਤੇ ਉਹਨਾਂ ਨੇ ਹਜੇ ਛੋਟੇ ਛੋਟੇ ਪਲਾਂਟਸ ਨੇ ਤੇ ਇਹ ਹਜੇ ਉਹਨਾਂ ਨੇ ਸੀਡਲਿੰਗ ਕੀਤੀ ਹੋਈ ਸੀਗੀ ਤੇ ਇਹਦੇ ਵਿੱਚ ਪੈਕੇਟ ਦੇ ਵਿੱਚ ਉਹਨਾਂ ਨੇ 2 ਦਿਨ ਪਹਿਲਾਂ ਹੀ ਲਗਾਏ ਸੀਗੇ ਠੀਕ ਹੈ 2 ਪਲਾਂਟਸ ਮੈਂ ਹੀ ਲੈ ਕੇ ਆਂਦੇ ਤੇ ਇਹ ਮੈਨੂੰ ਇੱਕ ਪਲਾਂਟ ਪੇ 10 ਰੁਪਏ ਦਾ ਮਤਲਬ 10 ਰੁਪੀਜ਼ ਦਾ ਇੱਕ ਪਲਾਂਟ ਹੈ ਠੀਕ ਹੈ ਇਹ ਸਾਰੇ ਮੇਰੇ ਪਲਾਂਟਸ ਦੀ ਸ਼ਾਪਿੰਗ ਹੈ ਤੇ ਮੈਂ ਕੁਝ ਪੋਟਸ ਲੈ ਕੇ ਆਂਦੇ ਨੇ ਇਹਨਾਂ ਨੂੰ ਗਰੋ ਕਰਨ ਵਾਸਤੇ ਇਹ ਦੇਖੋ ਇਹ ਵਾਲੇ ਪੋਟਸ ਲੈ ਕੇ ਆਂਦੇ ਨੇ ਮੈਂ ਠੀਕ ਹੈ ਇਹਨਾਂ ਦਾ ਸਾਈਜ਼ ਛੋਟਾ ਹੈ ਬਟ ਇੰਨਾ ਵੀ ਛੋਟਾ ਨਹੀਂ ਹੈਗਾ ਤੇ ਇਹ ਮੈਂ 10 ਪੋਟਸ ਲੈ ਕੇ ਆਂਦੇ ਆ ਇਹਨਾਂ ਨੂੰ ਗਰੋ ਕਰਨ ਵਾਸਤੇ ਕਿਉਂਕਿ ਜਿਹੜੇ ਇਹ ਵਾਲੇ ਪਲਾਂਟਸ ਹੁੰਦੇ ਆ ਨਾ ਇਹ ਸਾਰੇ ਪਲਾਂਟ ਕਿਉਂਕਿ ਜਿਹੜੇ ਵੀ ਪਲਾਂਟਸ ਹੈ ਇਹ ਸਾਰੇ ਪਲਾਂਟਸ ਨਾ ਇਹਨਾਂ ਦੀ ਇਹ ਸਾਰੇ ਸਰਦੀਆਂ ਵਾਲੇ ਪਲਾਂਟਸ ਨੇ ਤੇ ਇਹਨਾਂ ਦੀ ਰੂਟਸ ਬਹੁਤ ਛੋਟੀਆਂ ਹੁੰਦੀਆਂ ਨੇ ਇਸ ਕਰਕੇ ਇਹਨਾਂ ਨੂੰ ਜ਼ਿਆਦਾ بڑے ਪੌਟ ਦੀ ਜ਼ਰੂਰਤ ਨਹੀਂ ਪੈਂਦੀ ਛੋਟੇ-ਛੋਟੇ ਪਲੋਟ ਦੇ ਵਿੱਚ ਇਸ ਨੂੰ ਅ ਗਰੋ ਕਰੋ ਵਰਬੀਨਾ ਹੋ ਗਿਆ ਦੈਂਥਸ ਹੋ ਗਿਆ ਗਜ਼ਾਨੀਆ ਹੋ ਗਿਆ ਪਿਚੂਨੀਆ ਹੋ ਗਿਆ ਇਹਨਾਂ ਨੂੰ ਬਿਲਕੁਲ ਛੋਟੇ ਪੌਟਸ ਦੇ ਵਿੱਚ ਜਿਨ੍ਹਾਂ ਦੀ ਲੈਂਥ ਜ਼ਿਆਦਾ ਨਾ ਹੋਵੇ ਉਹਨਾਂ ਦੇ ਵਿੱਚ ਗਰੋ ਕਰੋ ਕਿਉਂਕਿ ਮੇਰੇ ਕੋਲ ਇਸ ਤੋਂ ਛੋਟੇ ਪੌਟ ਵੀ ਹੈਗੇ ਨੇ ਤੇ ਇਹ ਵਾਲੇ ਪਲਾਂਟ ਮੈਂ ਉਹਨਾਂ ਦੇ ਵਿੱਚ ਸ਼ਿਫਟ ਕਰੂੰਗੀ ਤੇ ਜਿਹੜਾ ਮੈਰੀਗੋਲਡ ਹੋ ਗਿਆ ਕ੍ਰਾਈਸੈਂਥਮਮ ਹੋ ਗਈ ਤੇ ਕੈਲੈਂਡੂਲਾ ਹੋ ਗਿਆ ਇਹਨਾਂ ਨੂੰ ਥੋੜੇ ਜਿਹੇ ਵੱਡੇ ਪੋਟ ਦੇ ਵਿੱਚ ਗਰੋ ਕਰੂੰਗੀ ਕਿਉਂਕਿ ਇਹਨਾਂ ਦੀ ਰੂਟ ਥੋੜੀ ਜੀ ਹੁੰਦੀ ਹੈ ਠੀਕ ਹੈ ਤੇ ਜਿਹੜੇ ਦੂਸਰੇ ਨੇ ਉਹਨਾਂ ਦੀ ਰੂਟ ਬਹੁਤ ਛੋਟੀ ਹੁੰਦੀ ਹੈ ਇਸ ਲਈ ਮੈਂ ਇਹਨਾਂ ਨੂੰ ਛੋਟੇ ਪੋਟ ਦੇ ਵਿੱਚ ਗਰੋ ਕਰੂੰਗੀ ਬਾਕੀ ਇਹਨਾਂ ਨੂੰ ਜਦ ਮੈਂ ਗਰੋ ਕਰੂੰਗੀ ਇਸ ਦਾ ਪੋਟ ਮਿਕਸ ਪੋਟ ਮਿਕਸ ਮੈਂ ਤੁਹਾਨੂੰ ਦੱਸ ਦੂੰਗੀ ਠੀਕ ਹੈ ਮੈਂ ਵੀਡੀਓ ਇਸ ਦੇ ਤੇ ਅਪਲੋਡ ਕਰ ਦੂੰਗੀ ਤੇ ਤੁਸੀਂ ਦੇਖ ਲੈਣਾ ਔਰ ਬਾਕੀ ਫਰੈਂਡਸ ਤੁਹਾਨੂੰ ਮੇਰੇ ਪਲਾਂਟਸ ਦੀ ਸ਼ਾਪਿੰਗ ਕਿੱਦਾਂ ਦੀ ਲੱਗੀ ਤੇ ਵੀਡੀਓ ਵਿੱਚ ਜ਼ਰੂਰ ਦੱਸਣਾ ਸੌਰੀ ਕਮੈਂਟ ਕਰਕੇ ਜ਼ਰੂਰ ਦੱਸਣਾ ਬਾਕੀ वीडियो डियो पूरा देखना वीडियो अच्छी लगे तो लाइक कर देना ओके फ्रेंड्स बाय बाय सत श्रीकाल